एक ईमानदार अते उच्ची सुची शख्सियत दे मालक दीन दुखियां दी मदद करन वाले सरदार सरदारा सिंह जी दे पाठ दा भोग गुरुद्वारा साहिब विखे पाया गया, जिस विच अनेकां संगतां गुरु साहिब नूं नतमस्तक होईयां। इस समय रागी जथियां ने आईयां होईयां संगतां नूं कीर्तन दे नाल जोड़िया। इस तों उपरांत शरदांजलि समारोह भी करवाया गया। ਮਾਰਦੇ ਫਿਰਦੇ ਆ ਵੀ ਜੋੜਦੀ ਉਹ ਵੀ ਜੋੜਦੀ ਵੀ ਐਸੇ ਜੰਮੇ ਨੇ ਮੁੜ ਕੇ ਕੁਝ ਕਰਨ ਜੋਗੇ ਨੀ ਹੈਗੇ
करो इहदा मतलब इह नहीं भी घर वार बारे कुछ करो ना करो पर वो भी करो जो गुरु गोबिंद सिंह जी दस के कहते हैं जिहदे नाल साडा भला होना है वो भी करो करिए कुछ सिमरन करिए सारे संग नूं बेनती है अखां बंद करके सारे साथ तेरी कोई नाम ने सहायता करनी तेरी नाम ने सहायता करनी
ਸਰਬ ਕਲਾ ਭਰਪੂਰ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਡੇ ਸਤਿਕਾਰਯੋਗ ਬਾਪੂ ਭਾਈ ਸਾਹਿਬ ਭਾਈ ਸਰਦਾਰਾ ਸਿੰਘ ਜੀ ਅੰਤਮ ਅਰਦਾਸ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗ ਜੀ ਗੱਜ ਵੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਇਹ ਸੰਸਾਰ ਹੈ, ਪਹਿਲੀ ਗੱਲ ਤਾਂ ਸਾਨੂੰ ਇੱਥੇ ਕਾਮਨਾ ਨਹੀਂ ਕਰਨੀ ਚਾਹੀਦੀ ਵੀ ਸਾਡੇ ਸਿਆਰ 'ਚ ਮਰਨ ਵਾਲੇ ਦੀ ਕਿਸੇ ਦੀ ਗਲਤੀ ਨਹੀਂ ਹੋਣੀ, ਕਿਉਂਕਿ ਜਿਵੇਂ ਸਾਡੇ ਗ੍ਰੰਥ ਦੱਸਦੇ ਆ, ਸਾਡੇ ਗ੍ਰੰਥਾਂ ਦੇ ਅਨੁਸਾਰ ਜੇ ਕੋਈ ਕਾਸ਼ੀ 'ਚ ਮਰ ਜੇ ਜਾ ਕੇ, ਚਾਹੇ ਪਾਪੀ ਬੰਦਾ ਵੀ ਮਰ ਜੇ, ਉਸਦਾ ਉਧਾਰ ਆਟੋਮੈਟਿਕ ਹੀ ਹੋ ਜਾਂਦਾ। ਇਸੇ ਕਰਕੇ ਕਾਸ਼ੀ 'ਚ ਜੇ ਕੋਈ ਗਿਆ ਹੋਵੇ ਰਹਿੰਦੇ ਆ, ਕਿਉਂਕਿ ਜੇ ਕੋਈ ਆਸੇ ਪਾਸੇ ਵੀ ਮਰ ਜੇ ਤਾਂ ਉਸਨੂੰ ਚੱਕ ਕੇ ਉਸ ਗੰਗਾ ਦੀ ਘਾਟ 'ਤੇ ਲਿਆਉਂਦੇ ਵੀ ਇਹਦੀ ਗਲਤੀ ਹੋ ਜੇ। ਮੇਰਾ ਕਹਿਣ ਦਾ ਭਾਵ ਸਾਡਾ ਸਿਆੜ ਹੈ ਜਿਹੜਾ ਕਾਸ਼ੀ ਦਾ ਰੂਪ ਬਣਿਆ ਪਿਆ, ਕਿਉਂਕਿ ਚਾਰ ਸਫੇਰੇ ਸਾਡੇ ਇੱਥੇ ਇੰਨਾ ਭਜਨ ਹੁੰਦਾ ਹੈ, ਪਾਪੀ ਤੋਂ ਪਾਪੀ ਬੰਦਾ ਵੀ ਇੱਥੇ ਇਹ ਸੀ ਨਹੀਂ ਸੋਚਦੇ ਵੀ ਉਹਦਾ ਆਧਾਰ ਨਹੀਂ ਹੋਇਆ ਹੋਣਾ ਜਾਂ ਉਹਦੀ ਗਤੀ ਨਹੀਂ ਹੋਈ ਹੋਣੀ। ਤਾਂ ਅਸੀਂ ਤਾਂ ਇਹੀ ਕਾਮਨਾ ਕਰਦੇ ਹਾਂ ਵੀ ਕੋਈ ਸਾਡੇ ਪਿੰਡ 'ਚ ਪਾਪੀ ਹੋਣਾ ਹੀ ਨਹੀਂ, ਕਿਉਂਕਿ ਜੇ ਹੋਇਆ ਵੀ ਤਾਂ ਉਹ ਇੰਨਾ ਭਜਨ ਹੋਣ ਦੇ ਦੁਆਰਾ ਪਵਿੱਤਰ ਹੋ ਜਾਂਦਾ। ਜਿਵੇਂ ਗੰਗਾ ਦਾ ਘੜਾ ਆਪਾਂ ਗੰਗਾ ਜਲ ਦੇ ਵਿੱਚੋਂ ਭਰ ਲਈਏ, ਉਹ ਗੰਗਾ ਜਲ ਹੁੰਦਾ ਹੈ। ਉਹ ਗੰਗਾ ਜਲ ਹੁੰਦੇ ਹੋਏ ਵੀ ਜੇ ਕੋਈ ਸਾਡੇ ਵਰਗਾ 'ਚ ਗੁੜ ਘੋਲ ਕੇ ਇੱਕ ਜਲ ਰੱਖਿਆ ਹੋਵੇ, ਫਿਰ ਉਹ ਗੰਗਾ ਜਲ ਨਹੀਂ ਰਹਿੰਦਾ, ਫਿਰ ਉਹ ਸ਼ਰਾਬ ਬਣ ਜਾਂਦੀ ਹੈ। ਉਸ ਤੋਂ ਬਾਅਦ ਜੇ ਉਹ ਘੜੇ ਨੂੰ ਚੱਕ ਕੇ ਫੇਰ ਕੋਈ ਗੰਗਾ 'ਚ ਪਾਇਆ ਹੋਵੇ ਤਾਂ ਫੇਰ ਉਹ ਗੰਗਾ ਦੀ ਗੰਗਾ ਬਣ ਜਾਂਦੀ ਹੈ। ਮੇਰਾ ਕਹਿਣ ਦਾ ਭਾਵ ਵੀ ਸਾਡੀ ਪਹਿਲੀ ਗੱਲ ਤਾਂ ਵੀ ਉਸ ਤਰ੍ਹਾਂ ਦਾ ਘੜਾ ਸਾਡੇ ਪਿੰਡ 'ਚ ਨਹੀਂ ਹੈ, ਜੇ ਕੋਈ ਹੋਵੇ ਵੀ ਤਾਂ ਅਸੀਂ ਤਾਂ ਇਹੀ ਕਾਮਨਾ ਕਰਦੇ ਵੀ ਦੁਬਾਰਾ ਗੰਗਾ ਦੇ ਵਿੱਚ ਪ੍ਰਵਾਹਿਤ ਹੋ ਕੇ ਗੰਗਾ ਦਾ ਰੂਪੀ ਫੇਰ ਹੋ ਜਾਏ। ਸ਼ਰਧਾਂਜਲੀ ਦਾ ਕੀ ਮਤਲਬ ਆ? ਜਿਹੜੇ ਬੰਦੇ ਨੂੰ ਅਸੀਂ ਸ਼ਰਧਾਂਜਲੀ ਦਿੰਦੇ ਹਾਂ ਉਸ ਦੇ ਜੀਵਨ ਬਾਰੇ, ਉਸ ਦੇ ਪਰਿਵਾਰ ਬਾਰੇ ਵੀ ਉਹਨੇ ਜੀਵਨ ਦੇ ਵਿੱਚ ਕੀ ਘਟਨਾ ਘਟੀਆਂ ਨੇ ਜਾਂ ਉਹਦਾ ਜੀਵਨ ਕਿਹੋ ਜਿਹਾ, ਪਰਿਵਾਰ ਉਹ ਕਿਹੋ ਜਿਹਾ, ਇਹ ਗੱਲਾਂ ਹੁੰਦੀਆਂ ਨੇ। ਮਾਸਟਰ ਜੀ ਨੇ ਟਾਈਮ ਖੁੱਲ੍ਹਾ ਲਾਉਣਾ ਸੀ, ਮੈਂ ਤਾਂ ਇਹ ਕਹੂੰਗਾ ਵੀ ਜਿਹੜੇ ਜਿਸ ਤਰ੍ਹਾਂ ਇਹ ਪਰਿਵਾਰ ਦਾ ਵੱਡੇ ਵੱਡੇ ਲੀਡਰਾਂ ਨਾਲ, ਚਾਚਾ ਸਰਦਾਰਾ ਸੀ ਉਹਨਾਂ ਦਾ, ਛੋਟਾ ਸਪੁੱਤਰ ਆ ਜਿਹੜਾ ਬਲਵੀਰ ਸਿੰਘ ਪੰਚ ਕਹਿ ਦਿੰਦੇ ਹਾਂ, ਲੈਂਡਮਾਰ ਗੈਜ ਬੈਂਕ ਬਲਾਕ ਦੇ ਇਹ ਡਾਇਰੈਕਟਰ ਨੇ, ਬੜੇ ਸਮੇਂ ਤੋਂ ਪਰਿਵਾਰ ਆ ਜਿਹੜਾ ਉਹ ਪਿੰਡ ਦੀ ਨੁਮਾਇੰਦਗੀ ਕਰਦਾ। ਸਾਡੇ ਚਾਚਾ ਜੀ ਇਹ ਦੱਸ ਕੇ ਗਏ ਨੇ ਕੋਆਪਰੇਟਿਵ ਸੁਸਾਇਟੀ ਦੇ, ਪਰਿਵਾਰ ਨੂੰ ਬਹੁਤ ਵਧੀਆ ਇਹਨਾਂ ਨੇ ਸੇਧ ਦਿੱਤੀ ਆ। ਗੁਰਮੁਖ ਜਨਮ ਸਵਾਰ ਦਰਗੇ ਚੱਲਿਆ, ਸਾਰਿਆਂ ਨੇ ਕਿਹਾ ਗੁਰਮੁਖ ਕੌਣ ਹੁੰਦਾ, ਇਕੱਲਾ ਨਾਮ ਜਪਣ ਦੇ ਨਾਲ ਗੁਰਮੁਖ ਨਹੀਂ ਬਣਦਾ, ਉਹ ਆਪਦੇ ਲਈ ਨਾਮ ਆ ਜਿਹੜਾ ਜਪਦਾ, ਨਾਮ ਉਹ ਜਿਹੜਾ ਆਪ ਜਪੇ ਔਰਾਂ ਨੂੰ ਜਪਾਵੇ, ਆਪ ਚੰਗੇ ਕੰਮ ਕਰੇ, ਪਰਿਵਾਰ ਨੂੰ ਚੰਗੇ ਪਾਸੇ ਲਾਵੇ, ਕਿਸੇ ਗਰੀਬ ਦੇ ਕੰਮ ਆਵੇ। ਇਹ ਪਰਿਵਾਰ ਦੇ ਵਿੱਚ ਇਹ ਖੂਬੀਆਂ ਸੀ। ਇਕੱਲਾ ਨਾਮ ਜਪਣ ਦੇ ਨਾਲ ਗੁਰਮੁਖ ਨਹੀਂ ਬਣਦਾ, ਉਹ ਆਪਦੇ ਲਈ ਨਾਮ ਆ ਜਿਹੜਾ ਜਪਦਾ, ਨਾਮ ਉਹ ਜਿਹੜਾ ਆਪ ਜਪੇ ਔਰਾਂ ਨੂੰ ਜਪਾਵੇ, ਆਪ ਚੰਗੇ ਕੰਮ ਕਰੇ, ਪਰਿਵਾਰ ਨੂੰ ਚੰਗੇ ਪਾਸੇ ਲਾਵੇ, ਕਿਸੇ ਗਰੀਬ ਦੇ ਕੰਮ ਆਵੇ। ਇਹ ਪਰਿਵਾਰ ਦੇ ਵਿੱਚ ਇਹ ਖੂਬੀਆਂ ਸੀ। ਕਿਸੇ ਵੀ ਗਰੀਬ ਨੂੰ ਜੇ ਕੋਈ ਲੋੜ ਆ ਤਾਂ ਇਹ ਪਰਿਵਾਰ ਆ ਜਿਹੜਾ ਹੱਸ ਕੇ ਉਸਦੀ ਸਹਾਇਤਾ ਕਰਦਾ ਸੀ। ਪਿੰਡ ਦੇ ਵਿੱਚ ਕੋਈ ਵੀ ਕੰਮ ਹੈ, ਚਾਹੇ ਉਹ ਖੇਡਾਂ ਦਾ ਹੋਵੇ, ਕੋਈ ਹੋਰ ਪਿੰਡ ਦੀ ਢਾਲ ਹੋਵੇ, ਸ਼ਿਵ ਮੰਦਰ ਦਾ ਜਿਵੇਂ ਮਹੰਤ ਜੀ ਦੱਸ ਕੇ ਗਏ ਨੇ, ਚਾਹੇ ਮਾਤਾ ਚਿੰਤਪੁਰਨੀ ਦਾ ਮੰਦਰ ਹੋਵੇ, ਉੱਥੇ ਵੀ ਇਹਨਾਂ ਦੇ ਛੋਟੇ ਭਰਾ ਚਾਚਾ ਜਗੀਰ ਸਿੰਘ ਹਰ ਜਿਹੜਾ ਮੇਲਾ ਆਉਂਦਾ